ਜਲੰਧਰ ਚੰਨੀ ਚੰਨੀ ਜਲੰਧਰ ਚੰਨੀ ਕਲੀਅਰ ਚਰਨ ਸਿੰਘ ਜੀ ਚੰਨੀ ਚੰਨੀ ਦਾ ਅਪਰ ਹੈਂਡ ਤਾਂ ਹੈ ਜੀ ਬਿਲਕੁਲ ਚਰਨ ਜੀ ਚੰਨੀ ਅੱਛਾ ਸੁਸ਼ੀਲ ਰਿੰਕੂ ਦਾ ਬੜਾ ਜ਼ਿਕਰ ਹੋ ਰਿਹਾ ਸੀ ਕਿ ਜਲੰਧਰ ਦੇ ਵਿੱਚ ਫਾਈਟ ਦੇ ਵਿੱਚ ਹੈਗੇ ਮੈਂ ਉਹੀ ਕਹਿ ਰਿਹਾ ਸੀਗਾ ਕਿ ਜਲੰਧਰ ਵੀ ਇੱਕ ਅਜਿਹੀ ਸੀਟ ਹੈ ਜਿੱਥੇ ਸੁਸ਼ੀਲ ਰਿੰਕੂ ਆਪਣਾ ਪਵਨ ਟੀਨੂ ਆਮ ਆਦਮੀ ਪਾਰਟੀ ਅਤੇ ਚੰਨੀ ਦਾ ਮੁਕਾਬਲਾ ਪਰ ਅਪਰ ਹੈਂਡ ਚੰਨੀ ਨੂੰ ਹੀ ਹੈ ਅਤੇ ਉੱਥੇ ਮੈਂ ਅਕਾਲੀ ਦਲ ਨੂੰ ਰੂਲ ਆਊਟ ਕਰ ਰਿਹਾ ਅਕਾਲੀ ਦਲ ਰੂਲ ਆਊਟ ਮਹਿੰਦਰ ਸਿੰਘ ਕੇਪੀ 4 ਦਿਨ ਪਹਿਲਾਂ ਆਏ ਉਹਨਾਂ ਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਦਾ ਉੱਥੇ ਕੋਈ ਲੱਗਦਾ ਨਹੀਂ ਸੀ ਟੀਨੂ ਟੀਨੂ ਦਾ ਵੀ ਬਹੁਤ ਘੱਟ ਚਾਂਸਿਸ ਨੇ ਹਾਲਾਂਕਿ ਸੱਤਾਧਾਰੀ ਧਿਰ ਦੀ ਹੈਗੀ ਹੈ ਸੋਚੀਏ ਕਿ ਇਹ ਚੰਨੀ ਵਰਸਸ ਰਿੰਕੂ ਹੈ ਚੰਨੀ ਵਰਸਸ ਰਿੰਕੂ ਵੀ ਨਹੀਂ ਕਿਹਾ ਜਾ ਸਕਦਾ ਤਕੋਣਾ ਕਹਿ ਲਓ ਮਤਲਬ ਅਪਰ ਹੈਂਡ ਜਿਹੜਾ ਚੰਨੀ ਦਾ ਬਹੁਤ ਜ਼ਿਆਦਾ ਸੁਸ਼ੀਲ ਰਿੰਕੂ ਆਪ 'ਚ ਰਹਿ ਗਏ ਬੀਜੇਪੀ 'ਚ ਚਲੇ ਗਏ ਮਹਿੰਦਰ ਕੇਪੀ ਅਕਾਲੀ ਦਲ 'ਚ ਆ ਗਏ ਪਵਨ ਟੀਨੂ ਆਪ 'ਚੋਂ ਆ ਗਏ ਕਈ ਚੀਜ਼ਾਂ ਬਿਲਕੁਲ ਸਭ ਤੋਂ ਵੱਡਾ ਫੈਕਟਰੀ ਚੰਨੀ ਚੰਨੀ ਦੇ ਹੱਕ 'ਚ ਹੈ ਕਿ ਬਾਕੀ ਤਿੰਨ ਕੈਂਡੀਡੇਟ ਜਿਹੜੇ ਕਿ ਪਾਰਟੀਆਂ ਬਦਲ ਕੇ ਆਏ ਠੀਕ ਹੈ ਦੂਜੀ ਪਾਰਟੀ ਦੇ ਜਿਹੜੇ ਪਾਰਟੀ ਆ ਗਏ ਇੱਕ ਵੱਡਾ ਫੈਕਟਰ ਉਹ ਵੱਡਾ ਫੈਕਟਰ ਠੀਕ ਹੈ ਚੰਨੀ ਮਤਲਬ ਲੱਗਦਾ ਕਿ ਇਹਦੇ ਉੱਪਰ ਜ਼ਿਆਦਾ ਡਿਸਕਸ਼ਨ ਵੀ ਇਸ ਕਰਕੇ ਨਹੀਂ ਹੋਈ ਕਿ ਉੱਥੇ ਸਾਬਕਾ ਸੀਐਮ ਇੱਕ ਵੱਡਾ ਚਿਹਰਾ ਉਹਨਾਂ ਦੇ ਨਾਲ ਜ਼ਰੂਰ ਸੀ ਅਗਲੀ ਸੀਟ ਕਿਹੜੀ ਡਿਸਕਸ ਕਰ ਲਈਏ ਬੋਲੋ ਮੈਨੂੰ ਲੱਗਦਾ ਆਪਾਂ ਸੰਗਰੂਰ ਹਾਂ ਬਠਿੰਡਾ BTA ਬਠਿੰਡਾ ਦੀ ਸੀਟ ਤਾਂ ਬਹੁਤ ਇੰਪੋਰਟੈਂਟ ਹੈ ਅੱਛਾ ਬੜਾ ਮੈਨੂੰ ਲੱਗਦਾ ਕਿ ਇੰਟਰਸਟਿੰਗ ਹੋਊਗਾ ਜਿਹੜੇ ਦੇਖ ਵੀ ਰਹੇ ਹੋਣੇ ਆ ਬਠਿੰਡਾ ਦੇ ਵਿੱਚ ਮੈਨੂੰ ਲੱਗਦਾ ਰਮਨ ਤੋਂ ਸ਼ੁਰੂ ਕਰਦੇ ਹਾਂ ਉਸ ਇਲਾਕੇ ਤੋਂ ਵੀ ਆਉਂਦੇ ਨੇ ਇਨਫੈਕਟ ਇਹ ਵੀ ਬਠਿੰਡਾ ਦੇ ਵਿੱਚ ਜਿਹੜੀ ਫਾਈਟ ਇਸ ਟਾਈਮ ਨਜ਼ਰ ਆ ਰਹੀ ਹੈ ਉਹ ਗੁਰਮੀਤ ਖੁੱਡੀਆਂ ਅਤੇ ਹਰਸਿਮਰਤ ਕੌਰ ਬਾਦਲ ਦੇ ਵਿੱਚ ਹੈ ਕਿਉਂਕਿ ਅਕਾਲੀ ਦਲ ਦਾ ਗੜ ਰਹੀ ਹੈ ਔਰ ਅਕਾਲੀ ਦਲ ਨੇ ਮਤਲਬ ਆਪਣੀ ਪੂਰੀ ਤਾਕਤ ਝੋਕ ਦਿੱਤੀ ਉਸ ਸੀਟ ਨੂੰ ਬਚਾਉਣ ਦੇ ਲਈ ਔਰ ਇਸ ਕਰਕੇ ਅਕਾਲੀ ਦਲ ਨੇ ਅੱਛੀ ਫਾਈਟ ਕੀਤੀ ਹੈ ਅਪਰ ਹੈਂਡ ਗੁਰਮੀਤ ਮਤਲਬ ਅਪਰ ਹੈਂਡ ਕਹਿਣਾ ਉੱਥੇ ਬੜਾ ਮੁਸ਼ਕਲ ਹੈ ਕਿਉਂਕਿ ਯਾਰ ਬਹੁਤ ਮੁਕਾਬਲਾ ਸੀ ਜਿਹੜਾ ਦਿਲਚਸਪ ਸੀਗਾ ਔਰ ਗੁਰਮੀਤ ਖੁੱਡੀਆਂ ਦੇ ਲਈ ਜਿਸ ਤਰ੍ਹਾਂ ਸੀਐਮ ਮਾਨ ਨੇ ਜ਼ੋਰ ਲਾਇਆ ਪੂਰੀ ਮਤਲਬ ਵਕਾਰ ਦਾ ਸਵਾਲ ਸੀ ਦੋਵੇਂ ਪਾਰਟੀਆਂ ਦੇ ਲਈ ਔਰ ਜਦੋਂ ਕੋਈ ਸੀਟ ਵਕਾਰ ਦਾ ਸਵਾਲ ਬਣਾ ਕੇ ਲੜੀ ਜਾਂਦੀ ਹੈ ਤਾਂ ਡੈਫੀਨੇਟਲੀ ਉਸ ਨੂੰ ਪ੍ਰੈਡਿਕਟ ਕਰਨਾ ਇੰਨਾ ਆਸਾਨ ਨਹੀਂ ਹੁੰਦਾ ਹਾਲਾਂਕਿ ਅਪਰ ਹੈਂਡ ਮੈਨੂੰ ਲੱਗਦਾ ਘੱਟ ਟਾਈਮ ਹੈ ਆਪਣੇ ਨਹੀਂ ਮੈਂ ਉਲਟਾ ਚੱਲ ਰਿਹਾ ਮਲੂਕਾ ਰੂਲ ਆਊਟ ਬੀਜੇਪੀ ਰੂਲ ਆਊਟ ਪਰਮਪਾਲ ਕੌਰ ਮਲੂਕਾ ਹਾਲਾਂਕਿ ਥੋੜੀ ਦੇਰ ਪਹਿਲਾਂ ਜੀਤਮਿੰਦਰ ਸਿੱਧੂ ਜੀਤਮਿੰਦਰ ਸਿੱਧੂ ਰੇਸ 'ਚ ਹੈ ਠੀਕ ਹੈ ਟ੍ਰੈਂਗਲਰ ਫਾਈਟ ਹੈ ਠੀਕ ਹੈ ਮਤਲਬ ਖੁੱਡੀਆਂ ਸਿੱਧੂ ਤੇ ਹਰਸਿਮਰਤ ਕੌਰ ਟ੍ਰੈਂਗਲਰ ਫਾਈਟ ਮਤਲਬ ਤੁਸੀਂ ਅਪਰ ਹੈਂਡ ਕਿਸੇ ਦਾ ਨਹੀਂ ਮੰਨ ਰਹੇ ਨਹੀਂ ਅਪਰ ਹੈਂਡ ਕਿਸੇ ਦਾ ਨਹੀਂ ਮੰਨ ਰਹੇ ਲੱਗਦਾ ਬਾਦਲਾਂ ਤੇ ਖੁੱਡੀਆਂ ਵਿਚਾਲੇ ਮੁਕਾਬਲਾ ਹਰਸਿਮਰਤ ਬਾਦਲ ਔਰ ਖੁੱਡੀਆਂ ਦੇ ਵਿੱਚ ਮੁਕਾਬਲਾ ਠੀਕ ਹੈ ਬਰਮਿੰਦਰ ਹਰਸਿਮਰਤ ਬਾਦਲ ਤੇ ਖੁੱਡੀਆਂ ਮਤਲਬ ਗੱਲ ਇਹ ਹੈ ਕਿ ਉੱਥੇ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਨੂੰ ਰੂਲ ਆਊਟ ਨਹੀਂ ਕਰ ਸਕਦੇ ਤਾਂ ਇੱਕ ਹੋ ਗਿਆ SAD ਔਰ ਦੂਜਾ ਆਪ ਕਿ ਖੁੱਡੀਆਂ ਦੇ ਵਿਚਾਲੇ ਮੁਕਾਬਲਾ ਹੈ ਮਤਲਬ ਇਸ ਦਾ ਇਹ ਵੀ ਹੈ ਕਿ ਦੋਵਾਂ ਦੇ ਵਿੱਚੋਂ ਇੱਕ ਜਿੱਤ ਹਾਸਲ ਕਰ ਸਕਦਾ ਅਗਲੀ ਆਪਾਂ ਸੀਟ ਜਲਦੀ ਨਾਲ ਡਿਸਕਸ ਕਰਾਂਗੇ ਫਰੀਦਕੋਟ ਦੀ ਅੱਛਾ ਫਰੀਦਕੋਟ ਬੜੀ ਇੰਟਰਸਟਿੰਗ ਹੈ ਇੱਥੇ ਗੰਨਾ ਕਿਸਾਨ ਦਾ ਬੜਾ ਰੌਲਾ ਸੀ ਔਰ ਚਰਚਾ ਸੀ ਗੰਨਾ ਕਿਸਾਨ ਔਰ ਇਸ ਸਭ ਦੇ ਵਿਚਾਲੇ ਕਲਾਕਾਰ ਵੀ ਹੈਗੇ ਹੰਸਰਾਜ ਹੰਸ ਹੈਗੇ ਹੋਰ ਵੀ ਮਤਲਬ ਕਰਮਜੀਤ ਅਨਮੋਲ ਦਾ ਉੱਥੇ ਲੱਗਦਾ ਕਿ ਆਸਾਰ ਜ਼ਿਆਦਾ ਨੇ ਕਈ ਕਾਰਨ ਨੇ ਉਹਦੇ ਕਿਉਂਕਿ ਫਰੀਦਕੋਟ ਦੇ ਵਿੱਚ ਉਹਨਾਂ ਨੇ ਟਿਕਟ ਵੀ ਬਦਲੀ ਮੁਹੰਮਦ ਸਦੀਕ ਦੀ ਹੰਸਰਾਜ ਹੰਸ ਦਾ ਵਿਰੋਧ ਵੀ ਹੋਇਆ ਕਾਂਗਰਸ ਦੀ ਕੈਂਡੀਡੇਟ ਵੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਜਿਹੜੀ ਹੈ ਉੱਥੇ ਸਾਹੋ ਕੇ ਨਹੀਂ ਹੈਗੀ ਮੈਨੂੰ ਲੱਗਦਾ ਜੋ ਵੀ ਹਾਲਾਂਕਿ ਚਲੋ ਸੀਟ ਕਾਂਗਰਸ ਦੇ ਕੋਲ ਰਹੀ ਪਿਛਲੇ ਸਮੇਂ ਦੇ ਵਿੱਚ ਪਰ ਜਿਹੜਾ ਸਦੀਕ ਦਾ ਉੱਥੋਂ ਚਲੇ ਜਾਣਾ ਜਾਂ ਉਸ ਤਰੀਕੇ ਦਾ ਕੰਮ ਜਿਹੜਾ ਨਹੀਂ ਹੋਇਆ ਫਰੀਦਕੋਟ 'ਚ ਫਰੀਦਕੋਟ 'ਚ ਸਰਬਜੀਤ ਸਿੰਘ ਨੇ ਕਾਫੀ ਇੰਟਰਸਟਿੰਗ ਬਣਾ ਦਿਆ ਹੈ ਮੁਕਾਬਲਾ ਵਹਾਂ ਪੇ ਲੇਕਿਨ ਆਪਕੋ ਮੁਝੇ ਲਗਤਾ ਕਿ ਅਪਰ ਐਜ ਥੋੜਾ ਹੈ ਠੀਕ ਹੈ ਆਪ ਅਪਰ ਐਜ ਹੈ ਮੈਨੂੰ ਲੱਗਦਾ ਰਾਣਾ ਜੀ ਵੀ ਆਪ ਅਪਰ ਐਜ ਦੇ ਵਾਲੇ ਪਾਸੇ ਗੌਰਵ ਇਹ ਮੇਰੀ ਸੀਟ ਹੈ ਫਰੀਦਕੋਟ ਤੇ ਖੁੱਲ ਕੇ ਬੋਲਣਾ ਅੱਛਾ ਚਮਨ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ ਸਰਬਜੀਤ ਸਿੰਘ ਨੇ ਸਭ ਤੋਂ ਇੰਟਰਸਟਿੰਗ ਉੱਥੇ ਮੁਕਾਬਲਾ ਕਰਤਾ ਪਰ ਮੈਂ ਫਰੀਦਕੋਟ ਸੀਟ ਤੇ ਮਤਲਬ ਇੱਕ ਵਨ ਗੋ ਪ੍ਰੈਡਿਕਸ਼ਨ ਦਿੰਦਾ ਸਟਿਕਿੰਗ ਮਾਈ ਨੈਕ ਆਊਟ ਉੱਥੇ ਮੁਕਾਬਲਾ ਸਿਰਫ ਇੱਕ ਤਾਂ ਆਮ ਆਦਮੀ ਪਾਰਟੀ ਕਰਮਜੀਤ ਅਨਮੋਲ ਤੇ ਦੂਸਰਾ ਅਕਾਲੀ ਦਲ ਬਾਕੀ ਸਾਰੇ ਰੂਲ ਆਊਟ ਠੀਕ ਹੈ ਰਾਜਵਿੰਦਰ ਸਿੰਘ ਉੱਥੋਂ ਅਕਾਲੀ ਦਲ ਹਾਂ ਮੇਰੇ ਵੱਲੋਂ ਸਾਰੇ ਰੂਲ ਆਊਟ ਹੈ ਸਰਬਜੀਤ ਸਿੰਘ ਵੀ BJP ਵੀ ਹੰਸਰਾਜ ਹੰਸ ਵੀ ਬੋਲਡ ਪ੍ਰੈਡਿਕਸ਼ਨ ਹੈ ਤੇ ਮੈਂ ਉਹੀ ਕਹਿ ਰਿਹਾ ਸਟਿਕਿੰਗ ਮਾਈ ਨੈਕ ਆਊਟ ਤੇ ਜਿਹੜੇ ਕਾਂਗਰਸ ਦੀ ਸਭ ਤੋਂ ਵੀਕ ਕੈਂਡੀਡੇਟ ਹੈ ਉਹ ਵੀ ਰੂਲ ਆਊਟ ਹੈ ਸਿਰਫ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਮੈਨੂੰ ਫਰੀਦਕੋਟ ਦੀ ਲੜਾਈ ਜਿਹੜੀ ਬੜੀ ਗੁੰਝਲਦਾਰ ਲੱਗਦੀ ਹੈ ਹੁਣ ਸਰਬਜੀਤ ਨੇ ਕਿਹਦਾ ਵੋਟ ਖਾ ਗਏ ਕਿੰਨੀਆਂ ਵੀ ਵੋਟ ਖਾ ਗਏ ਇਸ ਕਰਕੇ
ਉਹਦੇ ਬਾਰੇ ਪ੍ਰੈਡਿਕਟ ਕਰਨਾ ਮੇਰੇ ਲਈ ਆਸਾਨ ਨਹੀਂ ਹੈ। ਚਲੋ ਠੀਕ ਹੈ, ਪ੍ਰੈਡਿਕਸ਼ਨ ਨਹੀਂ ਕਰ ਰਹੇ। ਬਿਲਕੁਲ, ਆਖਰੀ 4-5 ਦਿਨਾਂ 'ਚ ਸਰਬਜੀਤ ਸਿੰਘ ਖਾਲਸਾ ਦਾ ਜ਼ਿਕਰ ਜ਼ਰੂਰ ਹੋਇਆ, ਪਰ ਕਰਮਜੀਤ ਅਨਮੋਲ ਦਾ ਅਪਰ ਹੈਂਡ ਲੱਗਦਾ। ਕਰਮਜੀਤ ਅਨਮੋਲ ਦਾ, ਕਰਮਜੀਤ ਅਨਮੋਲ, ਤੁਸੀਂ ਵੀ ਕਰਮਜੀਤ, ਮਤਲਬ ਸਭ ਤੋਂ ਉੱਪਰ ਆਪਾਂ ਕਰਮਜੀਤ ਅਨਮੋਲ ਨੂੰ ਰੱਖ ਸਕਦੇ ਹਾਂ। ਠੀਕ ਹੈ, ਤਾਂ ਕਰਮਜੀਤ ਅਨਮੋਲ ਯਾਨੀ ਕਿ ਆਮ ਆਦਮੀ ਪਾਰਟੀ ਹੀ ਮੈਂ ਇੱਥੇ ਵੀ ਲਿਖ ਦਿੰਦਾ। ਇਨਫੈਕਟ 2 ਸੀਟਾਂ ਬੜੀਆਂ ਇੰਟਰਸਟਿੰਗ ਅਜੇ ਬਾਕੀਆਂ, ਲੁਧਿਆਣਾ ਅਤੇ ਖਡੂਰ ਸਾਹਿਬ। ਪਰ ਅੰਮ੍ਰਿਤਸਰ ਦੇ ਉੱਤੇ ਇੱਕ ਛੋਟਾ ਛੋਟਾ ਕਮੈਂਟ, ਅੰਮ੍ਰਿਤਸਰ ਔਜਲਾ ਮੈਨੂੰ ਅਪ ਲੱਗ ਰਿਹਾ, ਔਜਲਾ ਦਾ ਉੱਥੇ ਅਨਿਲ ਜੋਸ਼ੀ ਵੀ ਫਾਈਟ 'ਚ ਨੇ ਪ੍ਰੋਪਰ। ਅੱਛਾ, ਅਕਾਲੀ ਦਲ ਤੇ ਕਾਂਗਰਸ ਦੇ ਵਿਚਾਲੇ ਫਾਈਟ ਹੋ ਸਕਦੀ ਹੈ। ਤਰਨਜੀਤ ਸੰਧੂ ਹੈ ਕਿਸੇ? ਨਹੀਂ, ਔਜਲਾ ਤੇ ਕੁਲਦੀਪ ਧਾਲੀਵਾਲ। ਕੁਲਦੀਪ ਧਾਲੀਵਾਲ ਰੂਲ ਆਊਟ ਕਰ ਰਹੇ ਹੋ ਕਿਸੇ ਨੂੰ? ਅਕਾਲੀ ਦਲ, ਅਕਾਲੀ ਦਲ ਨੂੰ। ਬੀਜੇਪੀ ਹੈ ਰੇਸ 'ਚ? ਬੀਜੇਪੀ ਰੇਸ 'ਚ। ਅਪਰ ਹੈਂਡ ਔਜਲਾ ਦਾ, ਅਪਰ ਹੈਂਡ ਔਜਲਾ ਦਾ। ਬਿਲਕੁਲ, ਗੁਰਜੀਤ ਔਜਲਾ। ਠੀਕ ਹੈ, ਮਤਲਬ ਕਾਂਗਰਸ ਵਾਲੇ ਪਾਸੇ ਅੰਮ੍ਰਿਤਸਰ ਦੀ ਸੀਟ ਵੀ ਜਾ ਸਕਦੀ ਹੈ, ਆਪਾਂ ਦੇਖ ਲਈਏ ਅਗਲੀ ਕਿਹੜੀ ਸੀਟ ਕਰਨੀ ਹੈ, ਔਰ ਉਸ ਤੋਂ ਬਾਅਦ ਆਪਾਂ ਇਹਨੂੰ ਕਾਊਂਟ ਵੀ ਕਰਨਾ ਕਿ ਕਿਸ ਤਰੀਕੇ ਨਾਲ। ਖਡੂਰ ਸਾਹਿਬ ਤੇ ਲੁਧਿਆਣਾ ਦੀ ਸੀਟ ਬਾਕੀ ਹੈ, ਉਸ ਤੋਂ ਬਾਅਦ ਮੈਂ ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਆ ਜਾਂਦਾ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਕੀ ਮਾਹੌਲ ਨਜ਼ਰ ਆਉਂਦਾ। ਬੜਾ ਇੰਟਰਸਟਿੰਗ ਔਰ ਬਹੁਤ ਲੋਕ ਦਿਲਚਸਪੀ ਨਾਲ ਜਾਣਨਾ ਚਾਹੁੰਦੇ। ਅੰਮ੍ਰਿਤਪਾਲ ਸਿੰਘ ਅਤੇ ਕੁਲਬੀਰ ਜ਼ੀਰਾ ਵਿਚਾਲੇ ਸਿੱਧਾ ਸਿੱਧਾ ਮੁਕਾਬਲਾ ਮੇਰੇ ਮੁਤਾਬਕ। ਅਪਰ ਹੈਂਡ ਹੈ ਅੰਮ੍ਰਿਤਪਾਲ ਦਾ, ਇਹ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜੇ ਦੇਖਿਆ ਜਾਵੇ ਪਿਛਲੀ ਵਾਰ ਦੀ ਗੱਲ ਕਰਦੇ ਹਾਂ ਬੀਬੀ ਖਾਲੜਾ ਦੀ, ਪਰਮਜੀਤ ਕੌਰ ਖਾਲੜਾ ਦੀ, ਤਾਂ 2,19,000 ਵੋਟ ਲੈ ਗਏ, ਤੇ ਜੇਕਰ ਉਹ ਵੋਟ ਅੰਮ੍ਰਿਤਪਾਲ ਵਾਲੇ ਪਾਸੇ ਜਾਂਦੀ ਹੈ ਤੇ ਅੰਮ੍ਰਿਤਪਾਲ ਉਸ ਵੋਟ ਨੂੰ ਹੋਰ ਵਧਾ ਲੈਂਦੇ ਨੇ, ਤਾਂ ਕਿਤੇ ਨਾ ਕਿਤੇ ਇਸ ਵਾਰ, ਕਿਉਂਕਿ ਜਿਹੜੀ ਇਹ ਜਨਰੇਸ਼ਨ ਹੈ ਉਹਨੂੰ ਅੰਮ੍ਰਿਤਪਾਲ ਦਾ ਪਤਾ ਸੀ, ਤੇ ਇੱਕ ਵਾਰ ਇਹ ਚਰਚਾ ਜਿਹੜੀ ਹੈ ਸੋਸ਼ਲ ਮੀਡੀਆ ਤੇ ਬਹੁਤ ਹੈਗੀ, ਹਾਲਾਂਕਿ ਗਰਾਊਂਡ ਲੈਵਲ ਤੇ ਵੀ ਤੁਸੀਂ ਵੀ ਜਾ ਕੇ ਆਏ, ਉੱਥੇ ਅੰਮ੍ਰਿਤਪਾਲ ਦਾ ਫਾਈਟ 'ਚ ਤਾਂ ਹੋਣਾ ਹੈ ਕਿ ਤੈਅ। ਅੰਮ੍ਰਿਤਪਾਲ ਸਿੰਘ ਔਰ ਕੁਲਬੀਰ ਜ਼ੀਰਾ ਦੇ ਵਿੱਚ ਸਿੱਧਾ ਮੁਕਾਬਲਾ, ਕੁਛ ਨਹੀਂ ਕਹਿ ਸਕਦੇ। ਠੀਕ ਹੈ, ਕੌਣ ਹੈ? ਠੀਕ ਹੈ, ਅੰਮ੍ਰਿਤਪਾਲ ਸਿੰਘ ਤੇ ਕੁਲਬੀਰ ਜ਼ੀਰਾ, ਬਾਕੀ ਸਾਰੇ ਰੂਲ ਆਊਟ। ਈਵਨ ਉੱਥੇ ਹੋ ਸਕਦਾ ਮਤਲਬ ਇੱਕ ਦੋ ਜਿਹੜੇ ਮੇਜਰ ਪਾਰਟੀਜ਼ ਦੇ ਕੈਂਡੀਡੇਟ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਸਕਦੀ ਹੈ। ਮੈਨੂੰ ਵੀ ਅੰਮ੍ਰਿਤਪਾਲ ਤੇ ਕੁਲਬੀਰ ਜ਼ੀਰਾ 'ਚ ਮੁਕਾਬਲਾ ਦਿਖ ਰਿਹਾ। ਕੋਈ ਅਪਰ ਹੈਂਡ ਹੈ ਕਿਸੇ ਦਾ? ਅਪਰ ਹੈਂਡ ਕਹਿਣਾ ਔਖਾ ਹੈ, ਪਰ ਕੁਲਬੀਰ ਜ਼ੀਰਾ ਤੇ ਅੰਮ੍ਰਿਤਪਾਲ ਮੁਕਾਬਲੇ 'ਚ ਹੈ। ਜਿਵੇਂ ਕਿ ਰਣਬੀਰ ਨੇ ਕਿਹਾ ਕਿ ਜਿਹੜਾ ਅੰਮ੍ਰਿਤਪਾਲ ਵਾਲਾ ਤਾਜ਼ਾ ਐਪੀਸੋਡ ਹੈ, ਇਸ ਕਰਕੇ ਹਜੇ 1 ਸਾਲ ਹੀ ਹੋਇਆ, ਤੇ ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਯੰਗ ਜਨਰੇਸ਼ਨ ਹੈ ਉਹ ਜ਼ਰੂਰ ਉਹਦੇ ਹੱਕ ਦੇ ਵਿੱਚ ਭੁਗਤੀ ਹੈ। ਠੀਕ ਹੈ, ਅਪਰ ਹੈਂਡ ਦੇ ਸਕਦੇ ਹੋ ਕਿਸੇ ਨੂੰ? ਅਪਰ ਹੈਂਡ ਅੰਮ੍ਰਿਤਪਾਲ ਜਾਂ ਕਿਸੇ ਹੋਰ? ਮੁਸ਼ਕਿਲ ਜੀ, ਮੁਸ਼ਕਿਲ ਹੈ, ਮਤਲਬ ਸਿੱਧਾ ਮੁਕਾਬਲਾ ਉਹਨਾਂ ਦੇ ਵਿੱਚ ਹੋਏਗਾ, ਨੈਕ ਐਂਡ ਨੈਕ ਦੋਨੋਂ, ਨੈਕ ਐਂਡ ਨੈਕ ਹੈ। ਜੇ ਮਤਲਬ ਕਾਂਗਰਸ ਦੀ ਪੂਰੀ ਵੋਟ ਜਿਹੜੀ ਹੈ ਜਿੰਨੇ ਉਹਨਾਂ ਦੇ ਵਰਕਰ ਨੇ ਉੱਥੇ ਸਾਰੇ ਉੱਧਰ ਭੁਗਤਦੇ, ਤਾਂ ਕਾਂਗਰਸ ਦਾ ਅਪਰ ਹੈਂਡ ਹੋ ਸਕਦਾ। ਪਰ ਜਿਹੜੀਆਂ ਖਬਰਾਂ ਆਈਆਂ ਦੇ ਵਿੱਚ ਇਹ ਵੀ ਹੈ ਕਿ ਡਿੰਪਾ ਦੇ ਕੁਝ ਲੋਕ ਅੰਮ੍ਰਿਤਪਾਲ ਨੂੰ ਭੁਗਤ ਗਏ ਨੇ, ਤਾਂ ਉਹ ਕੀ ਚੇਂਜ ਕਰਦੇ ਨੇ ਉਸ ਤੇ ਡਿਪੈਂਡ। ਠੀਕ ਹੈ, ਚਲੋ ਬਹੁਤ ਘੁੰਮਿਆ ਮੈਂ ਵੀ ਉੱਥੇ, ਪਰ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦਾ ਅਪਰ ਹੈਂਡ ਲਾਜ਼ਮੀ ਤੌਰ ਤੇ ਉੱਥੇ ਹੋਏਗਾ। ਖਡੂਰ ਸਾਹਿਬ ਦੀ ਜਿਹੜੀ ਸੀਟ ਹੈ, ਔਰ ਇਸ ਤੋਂ ਬਾਅਦ ਹੁਸ਼ਿਆਰਪੁਰ ਤੇ ਲੁਧਿਆਣਾ ਵਾਲੇ ਪਾਸੇ ਅਸੀਂ ਜਾਣਾ, ਔਰ ਕਾਬਿਲੇ ਗੌਰ ਹੈ ਕਿ ਇੱਥੇ ਹੁਣ ਅੰਮ੍ਰਿਤਪਾਲ ਤੇ ਜ਼ੀਰਾ ਦੋਵੇਂ ਲਿਖੇ ਨਾ ਆਪਾਂ, ਕਿ ਅੰਮ੍ਰਿਤਪਾਲ ਤੇ ਜ਼ੀਰਾ ਯਾਨੀ ਕਿ ਅੰਮ੍ਰਿਤਪਾਲ ਔਰ ਦੂਜੇ ਪਾਸੇ ਕਾਂਗਰਸ। ਇੰਟਰਸਟਿੰਗ ਹੈ ਵੈਸੇ ਕਿ ਇੱਥੇ ਵਿਰਸਾ ਸਿੰਘ ਬਿਲਟੋਹਾ ਵੀ ਜਿਹੜੇ ਚੋਣ ਮੈਦਾਨ ਦੇ ਵਿੱਚ ਹੈ, ਉਸ ਤੋਂ ਬਾਅਦ ਇੱਕ HSP ਹੁਸ਼ਿਆਰਪੁਰ ਆਪਣੇ ਕੋਲ ਬਾਕੀ ਹੈ ਤੇ ਇੱਕ ਲੁਧਿਆਣਾ। ਪਹਿਲਾਂ ਆਪਾਂ ਹੁਸ਼ਿਆਰਪੁਰ ਦਾ ਰੁਖ ਕਰਦੇ ਹਾਂ। ਹੁਸ਼ਿਆਰਪੁਰ ਵੀ ਮਿਲਦਾ ਕਿ ਥੋੜਾ ਜਿਹਾ ਪੈਟ ਸੀਟ ਬੀਜੇਪੀ ਦੀ ਮੰਨੀ ਜਾਂਦੀ ਹੈ, ਲਗਾਤਾਰ ਉੱਥੇ ਜਿੱਤਦੇ ਆਏ ਨੇ, ਸੋਮ ਪ੍ਰਕਾਸ਼ ਪਹਿਲਾਂ ਨੇ, ਇਸ ਵਾਰ ਅਨੀਤਾ ਸੋਮ ਪ੍ਰਕਾਸ਼ ਨੇ, ਚੱਬੇਵਾਲ ਦੇ ਨਾਲ ਮੁਕਾਬਲਾ ਹੈ, ਕਿਤੇ ਨਾ ਕਿਤੇ ਬੀਜੇਪੀ ਉੱਥੇ ਪ੍ਰੋਪਰ ਰੇਸ ਦੇ ਵਿੱਚ ਹੈਗੀ ਹੈ। ਬੀਜੇਪੀ ਵਰਸਿਸ ਕਾਂਗਰਸ ਮੈਨੂੰ ਲੱਗਦਾ ਚੱਬੇਵਾਲ ਵਰਸਿਸ ਅਨੀਤਾ ਸੋਮ ਪ੍ਰਕਾਸ਼। ਠੀਕ ਹੈ, ਚੱਬੇਵਾਲ ਵਰਸਿਸ ਅਨੀਤਾ, ਕੋਈ ਅਪਰ ਹੈਂਡ ਹੈ ਕਿਸੇ ਦਾ? ਹੁਸ਼ਿਆਰਪੁਰ ਦੀ ਸੀਟ ਇੰਟਰਸਟਿੰਗ ਹੈ, ਸਾਡੀ ਟੀਮ ਕਹਿ ਰਹੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਮੁਕਾਬਲਾ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਚੱਬੇਵਾਲ ਤੇ ਦੂਜੇ ਪਾਸੇ ਅਨੀਤਾ ਸੋਮ ਪ੍ਰਕਾਸ਼ ਦੇ ਵਿਚਾਲੇ ਹੈ। ਪਰ ਇੱਕ ਸਹਿਮਤੀ ਦੇ ਨਾਲ ਅਸੀਂ ਚੱਬੇਵਾਲ ਦਾ ਨਾਮ ਲਿਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਇੱਥੇ ਜਿਹੜੀ ਇਸ ਸਮੇਂ ਲੀਡਿੰਗ ਪੋਜੀਸ਼ਨ ਦੇ ਵਿੱਚ, ਹਾਲਾਂਕਿ ਉਹ EVM ਖੁੱਲਣ ਤੋਂ ਬਾਅਦ ਹੀ ਪਤਾ ਲੱਗੇਗਾ। ਚਲੋ ਹੁਣ ਇੰਟਰਸਟਿੰਗ
ਅਕੋਰਡਿੰਗਲੀ ਅਸੀਂ ਲੁਧਿਆਣਾ ਤੱਕ ਪਹੁੰਚ ਚੁੱਕੇ ਹਾਂ, ਸਮਾਂ ਸਾਡੇ ਕੋਲ ਬਹੁਤ ਘੱਟ ਹੈ ਔਰ ਲੁਧਿਆਣਾ ਦੇ ਵਿੱਚ ਕੌਣ ਜਿੱਤ ਹਾਰ ਹੁੰਦੀ ਹੈ ਉਹ ਦੇਖਣਾ ਹੋਏਗਾ, ਪਰ ਗੱਲ ਇਹ ਕਿ ਲੁਧਿਆਣਾ ਦੇ ਸਾਡੇ ਇੱਥੇ ਸਹਿਯੋਗੀ ਬਹੁਤ ਸਾਰੇ ਹੈਗੇ ਆ। ਅੱਛਾ ਚੰਡੀਗੜ੍ਹ ਵੀ ਕਰ ਲਾਂਗੇ, ਲੁਧਿਆਣਾ ਦੇ ਬਹੁਤ ਸਾਰੇ ਸਾਡੇ ਇੱਥੇ ਸਹਿਯੋਗੀ ਹੈਗੇ ਨੇ ਲੁਧਿਆਣਾ ਵਾਲੇ ਪਾਸੇ। ਲੁਧਿਆਣਾ ਕੌਣ ਜਿੱਤ ਰਿਹਾ ਉੱਥੇ? ਰਾਜਾ ਵੜਿੰਗ ਜਿੱਤ ਰਿਹਾ, ਠੀਕ ਹੈ। ਮਨਪ੍ਰੀਤ ਵੀ ਲੁਧਿਆਣਾ ਤੋਂ ਆਉਂਦੇ ਆ। ਰਾਜਾ ਵੜਿੰਗ ਦੀ ਹਵਾ, ਲੇਕਿਨ ਰਾਣਾ ਜੀ ਨੇ ਠੀਕ ਹੀ ਕਿਹਾ ਕਿ ਪਾਰਟੀ ਦੇ ਨਾਮ ਤੇ ਵੋਟ ਪੈ ਰਹੀ ਹੈ ਤਾਂ ਆਪਾਂ ਵੀ ਪ੍ਰਸ਼ਨ ਨੂੰ ਵੀ ਅਸੀਂ ਫਾਈਟ ਚ ਗਿਣ ਰਹੇ ਹਾਂ। ਅੱਛਾ, ਆਪ ਤੇ ਵੜਿੰਗ ਦੇ ਵੋਟ ਸਰ? ਵੈਸੇ ਰਾਜਾ ਵੜਿੰਗ ਦੀ ਤਾਂ ਪੂਰੀ ਹਵਾ, ਪਰ ਜੇ ਰਵਨੀਤ ਬਿੱਟੂ ਦੇਖਿਆ ਜਾਵੇ, ਜਿੱਦਾਂ ਉਹਨੇ ਸੁਖਪਾਲ ਖਹਿਰਾ ਨੇ ਬਿਆਨ ਦਿੱਤਾ ਸੀਗਾ ਪ੍ਰਵਾਸੀਆਂ ਨੂੰ ਲੈ ਕੇ, ਲੁਧਿਆਣੇ 'ਚ ਸਭ ਤੋਂ ਜ਼ਿਆਦਾ ਪ੍ਰਵਾਸੀ ਨੇ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਉਸ ਨੂੰ ਕਰ ਸਕਦਾ ਆ। ਹੋਰ ਵੀ ਸਾਡੇ ਕੁਛ ਸਹਿਯੋਗੀ ਸੀਗੇ, ਜੇਕਰ ਕੋਈ ਲੁਧਿਆਣਾ ਤੋਂ ਹੋਵੇ ਤਾਂ ਗੱਲਬਾਤ ਮੈਂ ਆਪਣੇ ਸਹਿਯੋਗੀਆਂ ਦੇ ਨਾਲ ਵੀ ਕਰ ਲਾਂਗਾ ਕਿ ਰਮਨ ਲੁਧਿਆਣੇ ਤੋਂ, ਇਹ ਬੜੀ ਮਤਲਬ ਇੰਟਰਸਟਿੰਗ ਸੀਟ ਹੈ ਪੰਜਾਬ ਦੀ ਸਭ ਤੋਂ ਹਾਈ ਪ੍ਰੋਫਾਈਲ। ਲੁਧਿਆਣੇ 'ਚ ਜਦੋਂ ਫਾਈਟ ਸ਼ੁਰੂ ਹੋਈ ਸੀ ਤਾਂ ਲੱਗਦਾ ਸੀ ਕਿ ਬਿੱਟੂ ਤੇ ਰਾਜੇ ਵੜਿੰਗ ਦੇ ਵਿੱਚ ਹੀ ਫਾਈਟ ਆ, ਕਿਉਂਕਿ ਦੋਵੇਂ ਹੈਵੀ ਵੇਟ ਕੈਂਡੀਡੇਟ ਸੀ। ਪਰ ਅਖੀਰਲੇ ਦਿਨਾਂ 'ਚ ਜਿਸ ਤਰੀਕੇ ਦੇ ਨਾਲ ਪੱਪੀ ਦੀ ਮੁਹਿੰਮ ਨੇ ਰਫਤਾਰ ਫੜੀ ਉਹ ਆਪਣੇ ਆਪ 'ਚ, ਔਰ ਜਿਸ ਦਿਨ ਵੋਟਿੰਗ ਹੋਈ ਉਸ ਦਿਨ ਤੇ ਇਹ ਲੱਗ ਰਿਹਾ ਸੀ ਕਿ ਮੁਕਾਬਲਾ ਹੀ ਜਿਹੜਾ ਹੈਗਾ ਰਾਜੇ ਵੜਿੰਗ ਤੇ ਪੱਪੀ ਦੇ ਵਿਚਾਲੇ ਹੋ ਰਿਹਾ। ਪਰ ਇੰਟਰਸਟਿੰਗ ਫੈਕਟ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੀ ਵੋਟਿੰਗ ਹੋਈ ਉਹ ਸ਼ਹਿਰੀ ਸੀਟਾਂ ਦੇ ਹਿੱਤ ਕੀ ਜ਼ਿਆਦਾ ਹੋ ਗਈ ਹੈ, ਤਾਂ ਉਹ ਹੋ ਸਕਦਾ ਹੈ ਕਿ ਬਿੱਟੂ ਦੇ ਪੱਖ 'ਚ ਭੁਗਤ ਗਏ ਹੋਵੇ। ਠੀਕ ਹੈ, ਤਕੋਣਾ ਮੁਕਾਬਲਾ ਹੈ, ਅਕਾਲੀ ਦਲ ਰੂਲ ਆਊਟ ਕਰ ਸਕਦੇ ਹਾਂ ਆਪਾਂ, ਪਰ ਰਾਜਾ ਵੜਿੰਗ ਅਪਰ ਹੈਂਡ ਮੈਨੂੰ ਲੱਗਦਾ। ਠੀਕ ਹੈ, ਰਾਜਾ ਵੜਿੰਗ ਅਪਰ ਹੈਂਡ ਆ ਕਹਿੰਦੇ। ਤਕੋਣ ਹੈ, ਲੇਕਿਨ ਆਖਿਰ ਦੇ ਵਿੱਚ ਪੱਪੀ ਪਰਾਸ਼ਰ ਤੇ ਰਾਜਾ ਵੜਿੰਗ ਦੇ ਵਿੱਚ ਮੁਕਾਬਲਾ ਨਜ਼ਰ ਆ ਰਿਹਾ। ਅੱਛਾ, ਮਤਲਬ ਤੁਸੀਂ ਰੂਲ ਆਊਟ ਕਰ ਰਹੇ ਹੋ? ਰੂਲ ਆਊਟ ਨਹੀਂ ਕਰ ਰਿਹਾ ਮੈਂ, ਤਕੋਣ ਹੈਗਾ ਆ। ਠੀਕ ਹੈ, ਪਰ ਜਿਹੜਾ ਫਾਈਨਲ ਮੁਕਾਬਲਾ, ਦੇਖੋ ਮੁਕਾਬਲਾ ਤਕੋਣਾ ਹੀ ਹੈ, ਸਾਰਿਆਂ ਦੀਆਂ ਸਾਰੀਆਂ ਸੀਟਾਂ ਵਿਧਾਨ ਸਭਾ ਆਮ ਆਦਮੀ ਪਾਰਟੀ ਕੋਲ ਨੇ ਲੁਧਿਆਣਾ ਦੇ ਵਿੱਚ। ਰਵਨੀਤ ਬਿੱਟੂ ਜਿਹੜੇ ਨੇ ਕਾਂਗਰਸ 'ਚੋਂ ਆਏ ਨੇ, ਪਰ ਬੀਜੇਪੀ ਦੀ ਵੋਟ ਬਹੁਤ ਜ਼ਿਆਦਾ ਲੁਧਿਆਣਾ ਦੇ ਵਿੱਚ। ਰਾਜਾ ਵੜਿੰਗ ਪ੍ਰਧਾਨ ਵੀ ਨੇ, ਪਰ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਵਰਸਿਸ ਬਿੱਟੂ ਹੈ ਤੇ ਬੀਜੇਪੀ ਦੀ ਇੱਕੋ ਇੱਕ ਸੀਟ ਹੈ ਜਿਹੜੀ ਆਉਣ ਦੇ ਜ਼ਿਆਦਾ ਚਾਂਸਿਸ ਨੇ ਲੁਧਿਆਣਾ ਵਾਲੇ। ਮਤਲਬ ਤੁਹਾਡੀ ਗੱਲ ਤੋਂ ਮੈਂ ਸਮਝ ਪਾ ਰਿਹਾ ਕਿ ਬਿੱਟੂ ਦਾ ਅਪਰ ਹੈਂਡ ਹੈ। ਬਿਲਕੁਲ, ਮੈਨੂੰ ਲੱਗਦਾ ਕਿ ਬਿੱਟੂ ਦਾ ਅਪਰ ਹੈਂਡ ਹੈ। ਪ੍ਰਵਾਸੀ ਵੋਟ ਬੈਂਕ ਇੱਕ ਵੱਡਾ ਫੈਕਟਰ ਹੈ। ਪ੍ਰਵਾਸੀ ਵੋਟ ਬੈਂਕ ਦੇ ਨਾਲ ਨਾਲ ਜਿਹੜੇ ਇੰਡਸਟਰੀਲਿਸਟ ਨੇ, ਇੰਡਸਟਰੀਲਿਸਟ ਵੀ ਬੀਜੇਪੀ ਵੱਲ ਨੇ ਤੇ ਜਿਹੜੀ ਪ੍ਰਵਾਸੀ ਵੋਟ ਬੈਂਕ ਹੈ ਉਹ ਇੰਡਸਟਰੀਲਿਸਟ ਉਹਨੂੰ ਪ੍ਰਭਾਵਿਤ ਕਰਦੇ ਨੇ ਕਿ ਕਿਸੇ ਦੀ ਫੈਕਟਰੀ ਉਹਦੇ ਵਿੱਚ 5000 ਮੁਲਾਜ਼ਮ ਕੰਮ ਕਰ ਰਹੇ ਨੇ ਤਾਂ ਉਹ ਉਸ ਮਾਲਕ ਦੇ ਕਹੇ ਤੋਂ ਹੀ ਵੋਟ ਪਾਉਂਦੇ ਨੇ ਜ਼ਿਆਦਾਤਰ। ਠੀਕ ਹੈ, ਥੋੜ੍ਹਾ ਜਿਹਾ ਮੈਂ ਰੈਕਟੀਫਾਈ ਕਰਦਾ, ਲੁਧਿਆਣੇ ਦੀ ਇੱਕ ਵਿਧਾਨ ਸਭਾ ਸੀਟ ਅਕਾਲੀ ਦਲ ਕੋਲ ਹੈ, ਦਾਖਾ ਵਾਲੀ, ਮਨਪ੍ਰੀਤ ਯਾਲੀ ਕੋਲ, ਫਿਰ ਵੀ ਅਕਾਲੀ ਦਲ ਉੱਥੋਂ ਰੂਲ ਆਊਟ ਹੈ। ਠੀਕ ਹੈ, ਪਹਿਲੀ ਗੱਲ ਤੇ ਮੁਕਾਬਲਾ ਟ੍ਰੈਂਗਲਰ ਹੀ ਹੈ, ਜਿਵੇਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਕਿ ਬਿੱਟੂ ਰਾਜਾ ਦੇ ਪੱਪੀ ਸ਼ੁਰੂ ਤੋਂ ਜਦੋਂ ਲੱਗ ਰਿਹਾ ਸੀ, ਜਦੋਂ ਬਿੱਟੂ ਦੀ ਸੀਟ ਦਾ ਚਲੋ ਸ਼ੁਰੂ 'ਚ ਅਨਾਊਂਸ ਹੋ ਗਈ, ਰਾਜੇ ਦੀ ਸੀਟ ਅਨਾਊਂਸ ਹੋਈ, ਲੱਗ ਰਿਹਾ ਸੀਗਾ ਕਿ ਰਾਜਾ ਡੋਮੀਨੇਟ ਕਰ ਗਏ, ਪਰ ਜਿਹੜਾ ਪ੍ਰਵਾਸੀਆਂ ਵਾਲਾ ਸਟੇਟਮੈਂਟ ਹੈ ਤੇ ਬੀਜੇਪੀ ਦਾ ਜਿਹੜਾ ਫੈਕਟਰੀ ਵਾਲਾ ਡੋਮੀਨੇਟਿੰਗ ਫੈਕਟਰ ਹੈ, ਇਸ ਕਰਕੇ ਮੇਨ ਮੁਕਾਬਲਾ ਤਿੰਨਾਂ ਦੇ ਵਿੱਚ ਹੈ, ਤਿੰਨਾਂ 'ਚੋਂ ਕਿਸੇ ਨੂੰ ਨਹੀਂ ਰੂਲ ਆਊਟ। ਠੀਕ ਹੈ, ਚਲੋ, ਮਤਲਬ ਗੱਲ ਇਹ ਹੈ ਕਿ ਪਹਿਲੇ ਨੰਬਰ 'ਤੇ ਕੋਈ ਨਜ਼ਰ ਆਉਂਦਾ ਹੈ, ਇੱਧਰ ਤਾਂ ਬਿੱਟੂ ਕਹਿ ਰਹੇ ਹੈ ਕਿ ਬਿੱਟੂ ਇਸ ਸਮੇਂ ਸਟਰੋਂਗ ਪੋਜੀਸ਼ਨ ਦੇ ਵਿੱਚ ਹੈ, ਤੁਸੀਂ ਕੋਈ ਪਹਿਲੇ ਨੰਬਰ 'ਤੇ ਰੱਖੋਗੇ? ਰਾਜਾ ਵੜਿੰਗ ਮੈਨੂੰ ਲੱਗਦਾ, ਬਿੱਟੂ, ਬਿੱਟੂ, ਪੱਪੀ, ਪੱਪੀ, ਚੰਡੀਗੜ੍ਹ ਸੀਟ ਆਪਾਂ ਫਟਾਫਟ ਡਿਸਕਸ ਕਰ ਲਈਏ। ਇੱਥੇ ਹੁਣ ਮੈਂ ਬਿੱਟੂ ਵਰਸਿਜ਼ ਰਾਜਾ ਕਰ ਦਵਾਂ ਕਿ ਆਮ ਆਦਮੀ ਪਾਰਟੀ, ਠੀਕ ਹੈ, ਇੱਥੇ ਮਤਲਬ ਤੁਸੀਂ ਆਪ ਪੱਪੀ ਨੂੰ ਵੀ ਰੱਖੋਗੇ ਵਿੱਚ, ਤਾਂ ਫਟਾਫਟ ਆਪਾਂ ਸੀਟਾਂ ਗਿੰਨੀਆਂ ਵੀ ਹਜੇ ਕਿ ਆਪਣੇ ਇਸ ਪੂਰੀ ਪ੍ਰੈਡਿਕਸ਼ਨ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਚੰਡੀਗੜ੍ਹ ਦੀ, ਛੋਟਾ ਛੋਟਾ ਕਮੈਂਟ ਚੰਡੀਗੜ੍ਹ। ਮਨੀਸ਼ ਤਿਵਾਰੀ ਥੋੜੇ ਜਿਹੇ ਅਪ ਲੱਗ ਰਹੇ ਨੇ ਮੈਨੂੰ, ਕਿਉਂਕਿ ਪ੍ਰਵਾਸੀ ਵੋਟ 'ਚ ਜਿਸ ਤਰ੍ਹਾਂ ਦੇ ਚੱਲੀ ਆ ਲਹਿਰ 'ਚ, ਉਸ ਤੋਂ ਮੈਨੂੰ ਲੱਗ ਰਿਹਾ ਮਨੀਸ਼ ਤਿਵਾੜੀ, ਕਿਉਂਕਿ ਆਮ ਆਦਮੀ ਪਾਰਟੀ ਵੀ ਹੈ ਤੇ ਕਾਂਗਰਸ ਵੀ ਹੈ, ਗੱਠਜੋੜ ਦੇ ਕੈਂਡੀਡੇਟ ਨੇ।
ਚੰਡੀਗੜ੍ਹ ਤੋਂ ਹੈ ਸੰਜੇ ਟੰਡਨ। ਇੰਟਰਸਟਿੰਗਲੀ ਜਿਨ੍ਹਾਂ ਦੀ ਵੋਟ ਆ ਉਹ ਸੰਜੇ ਟੰਡਨ ਵਾਲੇ ਪਾਸੇ ਹੈ। ਕੋਈ ਹੋਰ ਵੀ ਸੀ, ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਜੇਕਰ ਕੋਈ ਚੰਡੀਗੜ੍ਹ ਤੋਂ ਸੀ ਜਿਨ੍ਹਾਂ ਦਾ, ਤੁਸੀਂ ਚੰਡੀਗੜ੍ਹ ਤੋਂ ਨੇ, ਠੀਕ ਹੈ। ਪਰ ਗੱਲ ਇਹ ਹੈ ਕਿ ਜਿਹੜੇ ਅਸੀਂ ਗੱਲਬਾਤ ਕਰ ਰਹੇ ਹਾਂ, ਆਪਾਂ ਮਨੀਸ਼ ਤਿਵਾੜੀ ਦਾ ਜ਼ਿਕਰ ਕਰ ਰਹੇ ਹਾਂ, ਪਰ ਜਿਹੜੇ ਵੋਟਰਾਂ ਨਾਲ ਆਪਾਂ ਗੱਲ ਕੀਤੀ ਹੈ, ਕੋਈ ਹੋਰ ਸੰਜੇ ਟੰਡਨ ਨਹੀਂ। ਮੈਨੂੰ ਲੱਗਦਾ ਕਿ ਚੰਡੀਗੜ੍ਹ ਨੂੰ ਮੈਂਸ਼ਨ ਕਰ ਰਹੀ ਹੈ, ਚੰਡੀਗੜ੍ਹ ਦਾ ਕਿਹਦਾ ਨਾਮ ਲਿਖਦੇ ਹੋ? ਚੰਡੀਗੜ੍ਹ ਦਾ ਵੀ ਪਰਸੈਪਸ਼ਨ ਇਹੀ ਬਣਿਆ ਕਿ ਰੋਲ ਆਊਟ ਕੋਈ ਵੀ ਨਹੀਂ, ਕਿਉਂਕਿ ਦੋ ਆ ਕੈਂਡੀਡੇਟ ਡਾਇਰੈਕਟ ਫਾਈਟ ਹੈ। ਜਿਸ ਤਰੀਕੇ ਦੇ ਨਾਲ ਚੱਲੀ ਆ, ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਸਾਡੇ ਕੋਲ ਵਿਊ ਆਏ, ਉਸ ਤੋਂ ਇਹੀ ਲੱਗਦਾ ਕਿ ਤਿਵਾਰੀ ਦਾ ਅਪਰ ਹੈਂਡ ਹੈ। ਗੌਰਵ, ਇਸ ਦਾ ਇਹ ਹੈ ਕਿ ਮਨੀਸ਼ ਤਿਵਾਰੀ ਪੁਰਾਣੇ ਖਿਡਾਰੀ ਹੈ ਚੋਣ ਲੜਨ ਦੇ, ਟੰਡਨ ਪਹਿਲੀ ਵਾਰ ਲੜ ਰਹੇ ਸੀ, ਇਸ ਕਰਕੇ ਕੈਂਪੇਨ ਇਹਨਾਂ ਦੀ ਬਹੁਤ ਸੋਲਿਡ ਸੀ, ਪਰ ਬੀਜੇਪੀ ਦਾ ਚੰਡੀਗੜ੍ਹ ਬੇਸ ਰਿਹਾ ਹੈ, ਰੂਲ ਆਊਟ ਨਹੀਂ। 10 ਸਾਲ ਦੀ ਐਂਟੀ ਇਨਕੰਬੈਂਸੀ ਵੀ ਹੈਗੀ ਆ, ਕਿਤੇ ਨਾ ਕਿਤੇ ਕਿਰਨ ਖੇਰ ਉਵੇਂ ਦਾ ਪ੍ਰਭਾਵ ਨਹੀਂ ਛੱਡ ਸਕਦੇ। ਠੀਕ ਹੈ, ਤਾਂ ਕਾਂਗਰਸ ਨੂੰ ਹੀ ਆਪਾਂ ਇੱਥੇ ਰੱਖ ਰਹੇ ਹਾਂ ਕਿ ਕਾਂਗਰਸ ਇੱਕ ਅਪਰ ਹੈਂਡ ਤਾਂ ਹੈ ਜੇ ਅਸੀਂ ਜ਼ਿਕਰ ਕਰਦੇ ਹਾਂ ਤਾਂ। ਆਮ ਆਦਮੀ ਪਾਰਟੀ ਦੀਆਂ ਸੀਟਾਂ ਗਿੱਲਵਾਂ ਜਿਹੜਾ ਆਪਾਂ ਕੱਢਣ ਦੀ ਕੋਸ਼ਿਸ਼ ਕੀਤੀ, 1-2 ਤੀਜੀ ਫਾਈਟ ਦੇ ਵਿੱਚ 4-5 6, ਉਸ ਤੋਂ ਬਾਅਦ ਤੁਸੀਂ ਦੇਖੋ 7 ਔਰ 8 ਸੀਟਾਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਫਾਈਟ 'ਚ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ। ਮੈਂ ਪੰਜਾਬ ਦਾ ਜ਼ਿਕਰ ਕਰ ਰਿਹਾ ਚੰਡੀਗੜ੍ਹ ਨੂੰ ਛੱਡ ਕੇ। ਬਿਲਕੁਲ 8 ਸੀਟਾਂ ਦੇ ਵਿੱਚ ਫਾਈਟ ਤੇ ਹੈਗੀ ਆ, ਮਤਲਬ ਫਾਈਟ ਫਾਈਟ ਦੇ ਵਿੱਚ ਹੈਗੀ, ਮਤਲਬ 5 ਤੋਂ 8 ਦੇ ਵਿੱਚ ਆ ਜਾਣ, ਇਹ ਵੀ ਹੋ ਸਕਦਾ। ਤੇ ਕਾਂਗਰਸ ਵੀ ਮੈਂ ਦੇਖ ਲਾਂਗੀ, ਕਾਂਗਰਸ ਆਪਾਂ ਨੇ 1-2, ਉਸ ਤੋਂ ਬਾਅਦ ਤੀਜੀ ਫਾਈਟ 4 ਤੋਂ ਬਾਅਦ 5-5-6 ਔਰ 7 ਚੰਡੀਗੜ੍ਹ 8ਵੀਂ ਸੀਟ ਹੈ ਪੰਜਾਬ ਦੀਆਂ 7 ਸੀਟਾਂ ਦੇ ਫਾਈਟ ਦੇ ਵਿੱਚ। ਚੰਡੀਗੜ੍ਹ ਤਾਂ ਦੋਨੋਂ ਹੀ ਫਾਈਟ 'ਚ ਹੋ ਗਏ ਨਾ, ਇੰਡੀਆ ਅਲਾਈਅੰਸ ਅਤੇ ਕਾਂਗਰਸ ਦੇ ਆਪ ਦੋਨੋਂ ਹੀ ਹੋ ਗਏ, ਕਾਂਗਰਸ ਆਪ ਦੋਨੋਂ ਹੀ ਹੋ ਗਏ। ਅੱਛਾ, ਉਸ ਤੋਂ ਬਾਅਦ ਜੇ ਆਪਾਂ ਬੀਜੇਪੀ ਦਾ ਜ਼ਿਕਰ ਕਰੀਏ ਤਾਂ ਬੀਜੇਪੀ ਜਿਹੜੀ ਆਪਾਂ ਗੱਲਬਾਤ ਦੇ ਜ਼ਰੀਏ 1 ਪਟਿਆਲਾ ਫਾਈਟ 'ਚ ਹੈ ਔਰ 1 ਫਾਈਟ ਦੇ ਵਿੱਚ ਨਜ਼ਰ ਆਈ ਹੈ ਲੁਧਿਆਣਾ ਔਰ 1 ਹੁਸ਼ਿਆਰਪੁਰ, 3 ਸੀਟਾਂ ਦੇ ਉੱਤੇ ਉਹੀ ਉਹਨਾਂ ਦਾ ਜਿਹੜਾ ਗੜ੍ਹ ਤੌਰ ਦੇ ਨਾਲ। ਅੱਛਾ, ਇੰਟਰਸਟਿੰਗਲੀ ਆਪਾਂ ਗੁਰਦਾਸਪੁਰ ਦੇ ਵਿੱਚ ਬੀਜੇਪੀ ਨੂੰ ਨਹੀਂ ਰੱਖਿਆ ਫਾਈਟ ਦੇ ਵਿੱਚ, ਆਪਣੀ ਆਪਣੀ ਜਿਹੜੀ ਉਹ ਆ ਰਹੀ ਸੀ, ਤਾਂ ਗੁਰਦਾਸਪੁਰ ਦੇ ਵਿੱਚ ਵੀ ਹੋ ਸਕਦੀ ਹੈ ਕਿ ਬੀਜੇਪੀ ਉਸ ਤਰੀਕੇ ਨਾਲ ਫਾਈਟ ਦੇ ਵਿੱਚ ਹੋਵੇ। ਖੈਰ, ਆਪਾਂ ਨੂੰ ਇੱਥੇ ਵਾਈਂਡ ਅਪ ਕਰਨਾ ਹੋਏਗਾ ਅੱਜ ਦਾ ਇਹ ਪ੍ਰੋਗਰਾਮ, ਪਰ ਚਮਨ ਜੀ ਸਾਡੇ ਨਾਲ ਜੁੜੇ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਨੇ, ਤੁਹਾਡੀ ਕਿਹੜੀ ਸੀਟ ਹੈ ਹਿਮਾਚਲ ਦੇ ਵਿੱਚ ਔਰ ਉੱਥੇ ਦਾ ਮਾਹੌਲ ਦੱਸ? ਮੇਰੀ ਸੀਟ ਹੈਗੀ ਆ ਹਮੀਰਪੁਰ, ਤੇ ਉੱਥੇ ਮੈਨੂੰ ਲੱਗ ਰਿਹਾ ਕਿ ਅਨੁਰਾਗ ਠਾਕੁਰ ਬੜੇ ਆਰਾਮ ਨਾਲ। ਇੱਕ ਉਹਨਾਂ ਦੀ ਗਵਾਂਢੀ ਸੀਟ ਵੀ ਹੈਗੀ ਹੈ ਜਿਹੜੀ ਮੰਡੀ, ਉੱਥੇ ਵੀ ਕੀ ਮਾਹੌਲ ਹੈ? ਮੰਡੀ 'ਚ ਬਹੁਤ ਤਗੜੀ ਫਾਈਟ ਹੈਗੀ ਹੈ ਵਿਕਰਮਾਦਿੱਤਿਆ ਤੇ ਕੰਗਨਾ ਰਣੌਤ ਦੇ ਵਿੱਚ ਜੀ, ਲੇਕਿਨ ਐਂਡ 'ਚ ਥੋੜਾ ਜਿਹਾ ਲੱਗਿਆ ਕਿ ਕੰਗਨਾ ਥੋੜੀ ਜਿਹੀ ਅੱਗੇ ਜਾ ਰਹੀ ਹੈ, ਲੇਕਿਨ ਫਾਈਟ ਹੈਗੀ ਆ, ਮਾਰਜਨ ਬਹੁਤ ਘੱਟ ਹੋਣਗੇ। ਚਲੋ ਠੀਕ ਹੈ, ਤਾਂ ਅਸੀਂ ਅਲੱਗ ਅਲੱਗ ਪੰਜਾਬ ਦੀਆਂ ਸੀਟਾਂ ਤੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਆਇੰਟ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਵੋਟ ਕਿਸ ਤਰੀਕੇ ਨਾਲ ਕੀਤੀ, ਜੋ ਲਗਾਤਾਰ ਇਸ ਪੂਰੀ ਗੱਲਬਾਤ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ। ਪੁਆਇੰਟ ਨੰਬਰ 1 ਕਿ ਕੋਈ ਜਿੱਤ ਇਸ ਵਾਰ ਪੰਜਾਬ ਦੇ ਵਿੱਚ ਇਹ ਨਹੀਂ ਹੋਏਗਾ ਕਿ 2-2.5 ਲੱਖ ਵੋਟਾਂ ਨਾਲ ਕੋਈ ਜਿੱਤ ਗਿਆ। ਆਮ ਤੌਰ 'ਤੇ ਕਈ ਵਾਰ ਆਪਾਂ ਦੇਖਦੇ ਹਾਂ ਲੋਕ ਸਭਾ ਦੇ ਵਿੱਚ, ਇੱਕ ਉਹ ਪੁਆਇੰਟ ਜ਼ਰੂਰ ਬਹੁਤ ਅਹਿਮ ਹੈ, ਅਤੇ ਦੂਜਾ ਪੁਆਇੰਟ ਨਜ਼ਰ ਇਹ ਵੀ ਆਇਆ ਕਿ ਜਿਹੜੀ ਫਾਈਟ ਕੌਣ ਕਿਸ ਦੀ ਵੋਟ ਕੱਟਦਾ ਉਸ ਦੇ ਉੱਤੇ ਵੀ ਜਿੱਤ ਡਿਪੈਂਡ ਕਰੇਗੀ।